ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਸਿੱਖ ਧਰਮ ਦੇ ਝੰਡੇ ਨਿਸ਼ਾਨ ਸਾਹਿਬ ਅਤੇ ਸਿੱਖ ਇਤਿਹਾਸਕ ਦਿਵਸ 11 ਮਾਰਚ ਨੂੰ ਸਿੱਖ ਝੰਡਾ ਦਿਵਸ ਵਜੋਂ ਮਨਾਉਣ ਨੂੰ ਮਾਨਤਾ ਮਿਲੀ ਹੈ ਇਸ ਤੋਂ ਪਹਿਲਾਂ ਸੂਬੇ ਵੱਲੋਂ ਨਵੰਬਰ 1984 ਸਿੱਖ ਨਸਲ ਕੁਸ਼ੀ ਨੂੰ ਵੀ ਮਾਨਤਾ ਦਿੱਤੀ ਜਾ ਚੁੱਕੀ ਹੈ ਇਸ ਦਾ ਖੁਲਾਸਾ ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਿੱਖ ਆਗੂਆਂ ਨੇ ਕੀਤਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਬੁਲਾਰੇ ਅਮਰਜੀਤ ਸਿੰਘ ਵਾਸ਼ਿੰਗਟਨ ਤੇ ਹੋਰ ਉਹਨਾਂ ਨੇ ਦੱਸਿਆ ਕਿ ਕਨੈਕਟਿਕਟ ਸੂਬੇ ਦੀ ਸਰਕਾਰ ਵੱਲੋਂ ਨਿਸ਼ਾਨ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਜਿਸ ਨਾਲ ਅਮਰੀਕਾ ਵਿੱਚ ਵਸਦਾ ਸਮੁੱਚਾ ਸਿੱਖ ਭਾਈਚਾਰਾ ਖੁਸ਼ ਹੈ ਉਹਨਾਂ ਦੱਸਿਆ ਕਿ 11 ਮਾਰਚ 1983 ਨੂੰ ਜਦੋਂ ਬਾਬਾ ਬਗੇਲ ਸਿੰਘ ਦੀ ਅਗਵਾਈ ਹੇਠ ਸਿੱਖ ਫੌਜ ਨੇ ਦਿੱਲੀ ਫਤਿਹ ਕਰਦਿਆਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਫੈਰਾਇਆ ਸੀ ਉਸ ਦਿਹਾੜੇ ਨੂੰ ਸਿੱਖ ਝੰਡਾ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਜਥੇਬੰਦੀ ਦੇ ਮੈਂਬਰ ਅਤੇ ਸੂਬੇ ਦੇ ਚੁਣੇ ਹੋਏ ਨੁਮਾਇੰਦੇ ਸਵਰਨਜੀਤ ਸਿੰਘ ਖਾਲਸਾ ਤੇ ਮੜਮੌਣ ਸਿੰਘ ਭਰਾਰਾ ਨੇ ਇਸ ਕਾਰਜ ਨੂੰ ਸਿਰੇ ਚਾੜਨ 'ਚ ਅਹਿਮ ਭੂਮਿਕਾ ਨਿਭਾਈ ਹੈ ਹੈਮਡਨ ਗੁਰਦੁਆਰਾ ਵਿਖੇ ਨੌਰਵਿਚ ਸ਼ਹਿਰ ਦੇ ਮੇਅਰ ਪੀਟਰ ਨਾਇਸਟ੍ਰੋਮ ਅਸੈਂਬਲੀ ਮੈਂਬਰ ਕੇਵਿਨ ਰਿਆਨ ਤੇ ਹੋਰਾਂ ਨੇ ਇਸ ਸਬੰਧੀ ਮਾਨਤਾ ਪੱਤਰ ਪੜ੍ਹਿਆ ਉਨਾਰ ਸਿੱਖ ਨਿਸ਼ਾਨ ਸਾਹਿਬ ਵੀ ਚੜਾਇਆ ਅਤੇ ਸਿੱਖ ਪਾਈਚਾਰੇ ਦੀ ਸ਼ਲਾਗਾ ਕੀਤੀ। ਸੂਬੇ ਦੇ ਗਵਰਨਰ ਨੇ ਵੀਡੀਓ ਕਾਨਫਰੰਸ ਰਾਹੀਂ ਸਿੱਖ ਪਾਈਚਾਰੇ ਨੂੰ ਸੰਬੋਧਿਤ ਕੀਤਾ। ਸੋ ਅਮਰੀਕਾ ਦੀ ਕਨੈਕਟਿਕਟਾ ਸਟੇਟ ਜੋ ਕਿ 1984 ਸਿੱਖ ਨਸਲ 쿠ਸ਼ੀ ਨੂੰ ਪਹਿਲਾ ਹੀ ਮਾਨਤਾ ਦੇਣ ਵਾਲਾ ਕਾਨੂੰਨ ਪਾਸ ਕਰ ਚੁੱਕੀ ਹੈ, ਅਮਰੀਕਾ ਦਾ ਪਹਿਲਾ ਸੂਬਾ ਸੀ ਅਤੇ ਹੁਣ ਸਿੱਖ ਕੇਸਰੀ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਵੱਜੋਂ ਨਵਾਂ ਇਤਿਹਾਸ ਸਿਰਜਿਆ ਹੈ। ਸਿਰਫ ਇਹੋ ਨਹੀਂ, ਸਿੱਖ ਇਤਿਹਾਸਿਕ ਦਿਵਸ 11 ਮਾਰਚ 1983 ਜਿਸ ਦਿਨ ਬਾਬਾ ਬਗੇਲ ਸਿੰਘ ਅਗਵਾਈ ਹੇਠ ਸਿੱਖ ਫੌਜ ਨੇ ਦਿੱਲੀ ਜਿੱਤ ਲਾਲ ਕਿਲੇ ਤੇ ਝੰਡਾ ਬੁਲੰਦ ਕੀਤਾ ਸੀ ਨੂੰ ਸਿੱਖ ਦਿਵਸ ਵਜੋਂ ਮਾਨਤਾ ਦਿੱਤੀ ਗਈ ਹੈ ਇਸ ਮਾਨਤਾ ਨੇ ਨਾ ਸਿਰਫ ਡਾਇਸਪੋਰਾ ਚ ਵੱਸਦੇ ਸਿੱਖਾਂ ਨੂੰ ਖੁਸ਼ੀ ਦਿੱਤੀ ਹੈ ਬਲਕਿ ਕੁੱਲ ਦੁਨੀਆ ਦੀ ਸਿੱਖ ਕੌਮ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਦਾ ਕਹਿਣਾ ਹੈ ਕਿ ਸਵਰਨਜੀਤ ਸਿੰਘ ਖਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਤੇ ਕਨੈਕਟਕਟ ਤੋਂ ਚੁਣੇ ਗਏ ਇਲੈਕਟਿਡ ਅਫੀਸ਼ੀਅਲ ਜੋ ਕਿ ਸਿਟੀ ਆਫ ਨਾਰਵਿਜ ਦੇ ਬੋਰਡ ਆਫ ਐਜੂਕੇਸ਼ਨ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਮਨਮੋਹਨ ਸਿੰਘ ਪ੍ਰਾਰਾ ਨੇ ਰਾਜ ਅਤੇ ਸ਼ਹਿਰਾਂ ਦੇ ਲੀਡਰਾਂ ਵੱਜੋਂ ਇਸ ਮਾਣਤ ਵਾਲੀ ਅਹਿਮ ਭੂਮਿਕਾ ਨਿਭਾਈ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਨੌਰਵਿਕ ਸ਼ਹਿਰ ਤੋਂ ਮੇਅਰ ਪੀਟਰ ਨਾਇਸਟ੍ਰੋਮ ਜਨਰਲ ਅਸੈਂਬਲੀ ਮੈਂਬਰ ਕੇਵਿਨ ਰਿਆਨ ਵਿਦਰੇਗੇਪੋਰ ਸ਼ਹਿਰ ਤੋਂ ਮੇਅਰ ਜੋ ਗਨੀਮ ਨੇ ਹੈਮੈਂਡਨ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਿੱਖਾਂ ਦੇ ਹੌਸਲੇ ਬੁਲੰਦ ਕੀਤੇ ਅਤੇ ਨਿਸ਼ਾਨ ਸਾਹਿਬ ਦਿਵਸ ਦਾ ਐਲਾਨ ਪੜਨ ਉਪਰੰਤ ਸਿੱਖ ਪਰਚਮ ਲਹਿਰਾਇਆ ਇਸ ਮੌਕੇ ਅਮਰੀਕਾ ਦੇ ਕਾਂਗਰਸਮੈਂਬਰ ਜੋ ਕਟਨੀ ਅਮਰੀਕਾ ਦੇ ਸੈਨੇਟਰ ਕ੍ਰਿਸ ਮਰਫੀ ਨੌਰਵਾਲਕ ਤੋਂ ਮੇਅਰ ਹੈਰੀ ਰੀਲਿੰਗ ਹੈਂਪਟਨ ਦੇ ਮੇਅਰ ਕਟ ਲਿੰਗ ਬ੍ਰਿਡਜਪੋਰ ਦੇ ਮੇਅਰ ਜੋਗਨੀਮ ਅਤੇ ਸੈਨੇਟਰੀ ਕੈਥੀ ਉਸਟਨ ਸਣੇ ਜਨਰਲ ਅਸੈਂਬਲੀ ਮੈਂਬਰ ਅਤੇ ਕਈ ਰਾਜਨੇਤਾਵਾਂ ਨੇ ਵੀ 11 ਮਾਰਚ ਨੂੰ ਸਿੱਖ 파ਚਮ ਨਿਸ਼ਾਨ ਸਾਹਿਬ ਦਿਵਸ ਵੱਜੋਂ ਮਾਨਤਾ ਦੇਣ ਮੌਕੇ ਮੌਜੂਦਗੀ ਦਰਜ ਕਰਵਾਈ। ਸੂਬੇ ਦੇ ਡਿਪਟੀ ਗਵਰਨਰ ਨੇ ਜਿੱਥੇ ਸਿੱਖਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਨਿਸ਼ਾਨ ਸਾਹਿਬ ਦਿਵਸ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਆਪਣੀ ਲਿਖਤੀ ਸਟੇਟਮੈਂਟ ਵਿੱਚ ਨਿਸ਼ਾਨ ਸਾਹਿਬ ਨੂੰ ਸਰਬਸਾਂਝੀ ਵਲਟਾ ਦਾ ਪ੍ਰਤੀਕ ਵੀ ਮੰਨਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਮੁਤਾਬਕ ਇਹ ਵੀ ਹੈ ਕਿ ਭਾਰਤ ਸਰਕਾਰ ਅਤੇ ਉਹਨਾਂ ਦੀਆਂ ਸੰਸਥਾਵਾਂ ਭਾਰਤ ਅਤੇ ਅਮਰੀਕਾ ਵਿੱਚ ਸਿੱਖ ਧਰਮ ਪ੍ਰਤੀ ਨਫਰਤ ਫੈਲਾ ਰਹੀਆਂ ਹਨ ਜਦੋਂ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ 90% ਤੋਂ ਵੱਧ ਯੋਗਦਾਨ ਪਾਇਆ ਹੈ ਸਵਰਨਜੀਤ ਸਿੰਘ ਖਾਲਸਾ ਨੇ ਝੰਡਾ ਚੁੱਕਣ ਦੀ ਰਸਮ 'ਚ ਸ਼ਿਰਕਤ ਕਰਦਿਆਂ ਕਿਹਾ ਕਿ ਸਿੱਖ ਆਸ ਕਰਦੇ ਹਨ ਕਿ ਸਟੇਟ ਅਤੇ ਸ਼ਹਿਰਾਂ ਦਾ ਇਹ ਮਤਾ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ 'ਚ ਮਦਦ ਕਰੇਗਾ ਉਹਨਾਂ ਨੇ ਕਿਹਾ ਕਿ ਨਿਸ਼ਾਨ ਸਾਹਿਬ ਵੱਜੋਂ ਜਾਣੇ ਜਾਂਦੇ ਸਿੱਖ ਝੰਡੇ ਹਰ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਹਨ ਅਤੇ ਇਹ ਸਿਰਫ ਸਿੱਖ ਪ੍ਰਭੂ ਸਤਿ ਹੀ ਨਹੀਂ ਬਲਕਿ ਮਨੁੱਖੀ ਪ੍ਰਭੂਸੱਤਾ ਦਾ ਪ੍ਰਤੀਕ ਹੈ ਜੋ ਸਾਨੂੰ ਜ਼ੁਲਮ ਵਿਰੁੱਧ ਡਟੇ ਰਹਿਣ ਅਤੇ ਨਿਆਂ ਲਈ ਲੜਨ ਦੀ ਯਾਦ ਕਰਵਾਉਂਦੇ ਹਨ ਮਨਮੋਹਨ ਸਿੰਘ ਭਰਾੜਾ ਨੇ ਕਿਹਾ ਕਿ ਸਿੱਖ ਸ਼ਾਂਤੀ ਪਸੰਦ ਲੋਕ ਹਨ ਜੋ ਧਾਰਮਕ ਤਾਕਤ ਲਈ ਖੜੇ ਹੋਣ ਦੀ ਹਿੰਮਤ ਰੱਖਦੇ ਹਨ ਅਤੇ ਸਿੱਖ ਝੰਡਾ ਸਿੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ ਕੁਝ ਚਿੰਤਕਾਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਦਾ ਬਾਬਾ ਬਗੇਲ ਸਿੰਘ ਦੇ ਲਾਲ ਕਿਲਾ ਫਤਿਹ ਦਿਵਸ ਮੌਕੇ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਦਾ ਫੈਸਲਾ ਭਾਰਤ ਨੂੰ ਸਿਆਸੀ ਚਪੇੜ ਹੈ ਕੁਝ ਬੁੱਧੀਜੀਵੀਆਂ ਦਾ ਦਾਵਾ ਹੈ ਕਿ ਇਹ ਅਮਰੀਕਾ ਦਾ ਭਾਰਤ ਵਿੱਚ ਹੋਈ 26 ਜਨਵਰੀ ਤੇ ਲਾਲ ਕਿਲੇ ਵਾਲੀ ਕਟ ਨਾਤੇ ਕਿਸਾਨਾਂ ਅਤੇ ਸਿੱਖਾਂ ਨਾਲ ਆਪਸੀ ਸਹਿਮਤੀ ਪ੍ਰਗਟਾਉਣ ਦਾ ਤਰੀਕਾ ਸੀ ਅਤੇ ਭਾਰਤ ਵਿੱਚ ਵਾਪਰੀ ਇਸ ਘਟਨਾ ਮੁਤਲਕ ਆਪਣਾ ਰੋਧ ਦਰਜ ਕਰਵਾਉਣਾ ਸੀ ਜ਼ਿਕਰ ਇਹ ਖਾਸ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ ਤੇ ਲਾਲ ਕਿਲੇ ਦੀ ਫਸੀਲ ਤੋਂ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠੇ ਸਨ ਖਾਲਸਾਈ ਨਿਸ਼ਾਨ ਸਾਹਿਬ ਨੂੰ ਜਿਸ ਤਰ੍ਹਾਂ ਖਾਲਿਸਤਾਨ ਦਾ ਝੰਡਾ ਐਲਾਨ ਦਿੱਤਾ ਗਿਆ ਮੀਡੀਆ ਵਿੱਚ ਪ੍ਰਸਾਰਿਆ ਗਿਆ ਉਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਸੀ ਅਤੇ ਹੁਣ ਅਮਰੀਕਾ ਦੇ ਇਸ ਸੂਬੇ ਵਿੱਚ ਖਾਲਸਾ ਜੀ ਨਿਸ਼ਾਨ ਸਾਹਿਬ ਨੂੰ ਮਿਲੀ ਇਸ ਮਾਨਤਾ ਤੋਂ ਬਾਅਦ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਇਥੋਂ ਇੱਕ ਸੁਨੇਹਾ ਵੀ ਪੂਰੀ ਦੁਨੀਆ ਨੂੰ ਗਿਆ ਹੈ ਕਿ ਨਿਸ਼ਾਨ ਸਾਹਿਬ ਖਾਲਸਾਈ ਝੰਡਾ ਹੈ ਇਸ ਨੂੰ ਖਾਲਸਤਾਨੀ ਰੰਗ ਦਿੱਤਾ ਜਾ ਰਿਹਾ ਹੈ ਉਹ ਗਲਤ ਸੀ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ